ਸਾਡਾ ਬਹੁਤ ਅੱਛਾ ਆਰਟਿਸਟ ਹੈ ਅਮਰਤ ਆਲਮ ਜੀ, ਬਹੁਤ ਮਿਹਨਤ ਸਟਰਗਲ ਕਰੀ ਹੈ ਔਰ ਬਾਈ ਸਹੀ ਗੱਲ ਹੈ ਭਾਨਿਆ, ਬਹੁਤ ਵਧੀਆ ਯਾਰ। ਜਦੋਂ ਕਹਿੰਦੇ ਨੇ ਵਾਹ ਵਾਹਿਗੁਰੂ, ਬਾਬਾ ਜੀ ਦਾ ਕੰਮ ਤੇ ਬਾਗੇ, ਉਹ ਕਹਿੰਦੇ ਉਹ ਕਮੜਿਓ ਮਾਂ ਦਿਓ ਪੁੱਤੋ ਬੁੱਧੋ ਛੁਣ ਛਣਿਓ, ਉਹ ਕਹਿੰਦੇ ਬੀਬੋ ਭੂਆ ਧੂਰੀ ਆਉਂਦੀਆਂ ਵੀ ਇਹਨੂੰ ਕਹਿ ਦੋ ਨਾਲੇ ਬੋਲਣ ਦਾ ਸਾਹਬ ਆ। ਭੂਆ ਫਿਰ ਮੈਂ ਕਿ ਤੂੰ ਬੋਲੀ, ਮੈਂ ਬੋਲਿਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀ ਨੂੰ ਬੇਨਤੀ ਕਰਦੀ ਆ ਵੀ ਭੂਪੇ ਦੀ ਭੈਣ ਦਾ ਵਿਆਹ, ਇਹਦੇ ਨਾਲ ਪਿਆਰ ਨਾਲ ਰਹੀ, ਇਹ ਕੈਪਟਨ ਇੱਥੇ ਦਾ। ਹਾਂ, ਮੈਂ ਜੋ ਆਰਡਰ ਕਹਿੰਦੇ ਉਹੀ ਮੰਨਣਾ ਪੈਂਦਾ ਹੈ। ਚਲੋ ਐਂ ਕਰੋ ਕੁੜੀਓ, ਗੱਲਾਂ ਬਾਤਾਂ ਤਾਂ ਹੋ ਗਈਆਂ ਬਹੁਤ, ਭੂਆ ਤੇ ਪਰੌਠੇ ਲਾ ਲਓ 6 ਖੂੰਜੇ। ਹਾਂ, ਕਿਉਂ ਭੁੱਖ ਜ਼ਿਆਦਾ ਲੱਗੀ ਹੋਈ ਆ? ਉਹ ਭੂਆ ਨੂੰ ਨਹੀਂ, ਮੈਨੂੰ ਲੱਗੀ ਆ। ਮੈਨੂੰ ਤਾਂ ਬਾਹਲਾ ਪਤਾ ਮੈਡਮ, 6 ਖੂੰਜੇ ਮੈਂ ਤਾਂ ਬੋਲਦੇ ਹੀ ਨਹੀਂ, ਬੋਲ ਤੱਕ ਬੋਲਦੀ ਨੀ। ਪਾਣੀ ਪਾਤੀ ਏ ਮਟਿਆਰੇ ਨੀ, ਪਾਣੀ ਦੱਸਣਾ ਦੇ ਮਟਿਆਰੇ ਨੀ। ਓਕੇ, ਤੁਸੀਂ ਬੋਲਣਾ ਠੀਕ ਹੈ ਨਾ, ਵੀ ਲੈਣ ਬਣਾ ਕੇ ਖੜੋ, ਕੋਈ ਵੀ ਉੱਥੇ ਤਮਾਸ਼ਾ ਜਿਹਾ ਕਰੀ ਜਾਂਦੇ ਹੋ ਹੈ ਨਾ ਵੀ।
ਗੇਟ ਖੋਲਣ ਤੋਂ ਪਹਿਲਾਂ ਗੇਟ ਖੋਲ ਕੇ ਫੇਰ ਕਰਨਾ ਸੀਗਾ ਉਦੋਂ ਪਹਿਲਾਂ ਕਹਿੰਦਾ ਮੈਂ ਗਾਣਾ ਗਾਊਂਗਾ ਬਾਹਰੋਂ ਫੂਲ ਵਰਸਾਓ ਮੇਰਾ ਮਹਿਬੂਬ ਆਇਆ ਹੈ ਉਹ ਕਹਿੰਦਾ ਘਰ ਵਾਲੀ ਤਾਂ ਮੇਰੀ ਆ ਜ਼ਿੰਦਗੀ ਐਕਸ਼ਨ ਓਏ ਹਜੇ ਲੈਣ ਬਣਾ ਕੇ ਕਰੋ ਯਾਰ ਲੈਣ ਬਣਾ ਲੋ ਓਏ ਮੈਂ ਗਾਣਾ ਗਾਉਣਾ ਬਿਹਾਰੋ ਫੂਲ ਵਰਛਾ ਮੇਰਾ ਮਹਿਬੂਬ ਅਸਲ ਮਹਿਬੂਬਾ ਵਰਛੀ ਓ ਤੇਰਾ ਹੋਏ ਗਾਣਿਆਂ ਨੂੰ ਛਿਰੀ ਅੱਛ ਨਾ ਲਿਆ ਕਰੋ ਓਏ ਸੁਣਿਆ ਕਰੋ ਛਿਰੀ ਅੱਛ ਨਹੀਂ ਲਈ ਜਾਂਦਾ ਐਕੀ ਖੋਲ ਮਾਰ ਤੁਸੀਂ ਖੋਲਣਾ ਸੀ ਗੇਟ ਉਹਨਾਂ ਨੇ ਕਹਿੰਦਾ ਹੈਪੀ ਖੋਲ ਬਾਹਰ ਮਾਸਟਰ ਜੋ ਆ ਰਿਹਾ ਉਹ ਆ ਰਿਹਾ ਲੜਾਈ ਨੀ ਕਰਨੀ ਅੱਗੇ ਤੋਂ ਕਿੱਧਰ ਗਿਆ ਮੈਨੂੰ ਫੜ ਲੋ ਇਹ ਮੇਰਾ ਭਤੀਜਾ ਕਤੂਰੇ ਵਾਂਗੂ ਮੈਂ ਪਾਲਿਆ ਦੀ ਹੁਣੇ ਬਣ ਗਿਆ ਕੁੱਤਾ ਪਰ ਗਾਉਂਦਾ ਬਹੁਤ ਸੋਹਣਾ ਓਰਿਆ ਠੀਕ ਆ ਇਹ ਤਾਂ ਹੈ ਕੁੜੀਆਂ ਨੇ ਕਹਿਤਾ ਵੈਸੇ ਤਾਂ ਮੈਂ ਬਹੁਤ ਕੱਟ ਕਰੀ ਐਨਰਜੀ ਹੈ ਨੀ ਜਲਦੀ ਹੈਲੋ ਚੂੜੀਆਂ ਕਿੰਨੀਆਂ ਸੋਹਣੀਆਂ ਰੱਬਾ ਮੇਰੇ ਆ ਕੀ ਕਰਦਾ ਮੈਂ ਪਾ ਲਾ ਅੱਖਾਂ ਦੇ ਵਿੱਚ ਚਲ ਮੈਂ ਬਹਿਨੀ ਹੋਈ ਹਾਏ ਹਾਏ ਡਿੱਗ ਗਈ
गिरी नहीं मैं अच्छा हाँ, अच्छा लोटा में ठीक है ठीक है और कितने मेरा पति जाहे अच्छा पहला खतूरा होता मैं पालिया थे हूँ कुत्ता बन गया गाँव बहुत सोना लोड़िया सोना ਲੈ ਪੁੱਤ ਉਰੇ ਆਵੇ ਹੈਲੋ ਆਵੇ ਮੈਂ ਬੋਲਦਿਆ ਮੈਂ ਨਹੀਂ ਉਹਦਾ ਪੈਰ ਕੁੱਟਾਂ ਦੀ ਆ ਅੱਜ ਅੱਜ ਨਹੀਂ ਕੁਛ ਕਹਿੰਦੇ ਆ ਜਾਓ ਤੁਸੀਂ ਆ ਜਾਓ ਨਹੀਂ ਕੁਛ ਕਹਿੰਦੇ ਆ ਜਾਓ ਆ ਜਾ ਲੈ ਵਧੀਆ ਸੁਣਾ ਇਹ ਗਾਣਾ ਵਧੀਆ ਜਾ ਕੋਈ ਚੱਕ ਮਾ ਜਾ ਕੈਨ ਜਸਟ ਮੈਂ ਜਾਦੋ ਵਧੀਆ ਜਾ ਹੋਵੇ ਕੋਈ ਗਾਣਾ ਵੈਸੇ ਤਾਂ ਮੈਂ ਬਹੁਤ ਵੱਡਾ ਕਲਾਕਾਰ ਹਾਂ ਹੈ ਪੈਸਿਆਂ ਤੋਂ ਬਿਨਾ ਮੈਂ ਗਾਉਂਦਾ ਨਹੀਂ ਇਹ ਤਾਂ ਤੁਸੀਂ ਨੇ ਕਹਿਤਾ ਤਾਂ ਕਰਕੇ ਗਾਉਣਾ ਬਹੁਤ ਵਧੀਆ ਗਾ ਲੈਂਦਾ ਮੈਂ ਮੇਰੇ ਚ ਪਰਸ ਪਿਤਾ ਮਾਤਾ ਜੀ ਆ ਗਏ ਤੂੰ ਐਂ ਕਹੀ ਮਾਤਾ ਜੀ ਆ ਗਏ ਹਨਾ ਸੁਣ ਲੋ ਕਿੰਨੀਆਂ ਕਿਸ਼ਤੀਆਂ ਉਲਟ ਗਈਆਂ ਲੁੱਟੀ ਲੜ ਜਾਏ ਕਰੀਏ ਕੀ ਬਿਗ ਬੋਸ ਕਰੀ ਕਰੀਏ ਕੀ ਕਰਨਾ ਕੀ ਆ ਰਾਹੀ ਬਿਗ ਬੋਸ ਦੇ ਵਿੱਚ ਬੈਠੇ ਰਹੋ ਜਿਹੜਾ ਜਿੱਤ ਕੇ ਵਗ ਜਾਣਾਂਗੇ ਜੇ ਇੰਨੇ ਡਰ ਲੱਗਦਾ ਉਧਰੋਂ ਨੀਲ ਤੂੰ ਵੀ ਇੱਕ ਦੋ ਲੈ ਲਾ ਨੀਲ ਕਹੂਗੀ ਮੈਂ ਦੇਖੋ ਨਹੀਂ ਨੀਲ ਕਹੂਗੀ ਮੇਰੀ ਤਾਂ ਭਾਨਾ ਜੀ ਕੋਈ ਸ਼ਰਤ ਆ ਤੁਸੀਂ ਜੀਤ ਬੈਠੋ ਤੁਸੀਂ ਇੱਧਰ ਸਾਈਡ ਆਓ ਤੇ ਕਿਉਂਕਿ ਉਹ ਬਣਾਏ ਹੋਏ ਨੇ ਨਾ ਹਸਬੰਡ ਵਾਈਫ ਉਹ ਇਕੱਠੇ ਵਹਿ ਜਾਣਗੇ ਨੀਲ ਰੱਸੇ ਚ ਬੈਠਾ ਨੀਲ ਡਾਇਲੋਗ ਤਾਂ ਲੈ ਲਓ ਯਾਰ ਇੱਕ ਦਾ ਹੌਲੀ ਉਹ ਜੀਨੇ ਕੀਤੀ ਸ਼ਰਮ ਉਹਦੇ ਪੁੱਟੇ ਕਰਮ ਉਧਰੋਂ ਜੀਤ ਬਿਗ ਬੋਸ ਦੀ ਉਹ ਛਾਉਂ ਜੇ ਰਾਤ ਦੇ 2 ਵੱਜ ਗਏ ਛਾਉਣੀ ਹੈ ਗੱਲਿਆ ਵੀ ਨਹੀਂ ਮਾਰਨ ਦਿੰਦਾ ਅੱਜ ਤਾਂ ਫਿਕਰ ਪਾ ਦੇ ਓਕੇ ਕਰ ਠੀਕ ਹੈ ਠੀਕ ਹੈ ਓਕੇ ਐਂਡ ਕਰੋ ਬਾਈ ਜੀ ਧਿਆਨ ਬਾਈ ਬਸ ਕਰੋ ਆ ਜਾਓ ਤੀਨ ਤਰ ਗਾ ਸੱਚੀ ਫੀਲ ਕਰ ਲੈ ਗਿਆ ਰੈਡੀ ਤੀਨ ਤਰ ਗਾ ਬਸ ਨਾ ਚਲੋ ਹਾਂਜੀ ਇਧਰੋਂ ਲੋਕ ਸਾਰਿਆਂ ਨੇ ਇਧਰ ਦੇਣੀ ਹੈ ਇੰਨਾ ਟਾਈਮ ਪਹਿਲਾਂ ਥੋੜੀ ਲਾਇਆ ਫਿਰ ਉਹ ਤਾਂ ਫੋਟੇ ਉਹ ਕਰਾ ਦੇ ਗਿਆ ਡਬ ਕਰ ਲਾਂਗੇ ਆਪਾਂ ਦੁਬਾਰਾ ਮੂੰਹ ਨੰਗਾ ਫੜੇ ਜਾਓਗੇ ਤੁਸੀਂ ਫੜੇ ਜਾਓਗੇ ਮੂੰਹ ਨੰਗਾ ਤੂੰ ਕਹਿ ਰਿਹਾ ਨਹੀਂ
ਨਹੀਂ ਉਹ ਤਾਂ ਪੀਂਦੇ ਹੀ ਨਹੀਂ ਨਾ ਜੇ ਪੀਂਦੇ ਨਹੀਂ ਤਾਂ ਬਾਤ ਅੱਗੇ ਤਾਂ ਕਦੇ ਐਂ ਬੋਲੇ ਨਹੀਂ ਹੈਗਾ ਨੀਂਦਾਂ ਨੂੰ ਤਾਂ ਅੱਛਾ ਭੇਜ ਨੀਂਦ ਹੋਊਗਾ ਤੂੰ ਪਰਦਾ ਪਾ ਮੇਰੇ ਸਾਰੇ ਕੱਲਾ ਵੀ ਜੇ ਮੇਰੀ ਜਿਹੜੀ ਜਿਹੜੀ ਵਾਜਾ ਕੋ ਪੈ ਜਾ ਐ ਤੇ ਮੇਰੇ ਇਹ ਕਰਦੇ ਮੇਰੇ ਚਾਲਾ ਭਾਜੀ ਉੱਥੋਂ ਆ ਜਾਓ ਫਿਰ ਤੁਸੀਂ ਲੱਗੂ ਰਿਓ ਮੰਨੇ ਓਏ ਉਹ ਪੂਰੇ ਹੋਣਾ ਤਾਂ ਕੌਣ ਗਾਉਂਦਾਗਾ ਓਕੇ ਤੁਸੀਂ ਪਹਿਲੀ ਉਹਨੂੰ ਕਵਰ ਕਰ ਲਓ ਪਹਿਲੀ ਕਰ ਲਓ ਠੀਕ ਹੈ ਨਾ ਚਲੋ ਸੀ ਚੱਲਦੇ ਜੀ ਤੁਸੀਂ ਉਹ ਤੁਸੀਂ ਸਾਰੇ ਬਾਕੀ ਘੂਰ ਦਿਓ ਮੈਂ ਇੱਥੇ ਕਹਦੂ ਓਏ ਇੰਨੀ ਜੋਗਾ ਹੈ ਨਹੀਂ ਇੱਥੇ ਆ ਨੀ ਮੇਰਾ ਸੈੱਟ ਹੋ ਜੂ ਤੂੰ ਪੀਰੇ ਨਾਲ ਸੈੱਟ ਹੋ ਜੀ ਆਹ ਹੈ ਚੱਲ ਸਾਰੇ ਘੂਰਿਓ ਮੰਨੇ ਓਏ ਚਲੋ ਭਾਜੀ ਇੱਥੇ ਆ ਜਾ ਗੱਲਾਂ ਤੂੰ ਮੇਰੇ ਨਾਲ ਸੈੱਟ ਹੋ ਜੀ ਉੱਥੋਂ ਆ ਜਾ ਭਾਜੀ ਜਦੋਂ ਇਹਨਾਂ ਨੇ ਕਹਿਣਾ ਚੱਲ ਤੁਸੀਂ ਨਾਲ ਤੇ ਮੂਲ ਭੋਲਿਓ ਹਾਂ ਮੇਮ ਸੈੱਟ ਹੋ ਜੂ ਜੇ ਇਹਦੇ ਨਾਲ ਮੇਮ ਸੈੱਟ ਹੋ ਜੀ ਤੂੰ ਮੇਰੇ ਨਾਲ ਸੈੱਟ ਹੋ ਜੂ ਹੱਸਦਾ ਜੀ ਜਰ ਮੈਨੂੰ ਵੀ ਲੱਗਿਆ ਜਿਵੇਂ ਨਹੀਂ ਪੈਗਨ ਪੀਤੇ ਨਹੀਂ ਪੀਂਦਾ ਜਾਬੜੋ ਜਾਬੜੋ ਚੱਲ ਬਾਬੇ ਯਾਰ ਜਾਓ ਠੀਕ ਆ ਸੋਨੇ ਯਾਰ ਹੁਣ ਤਾਂ ਜਾ ਕੇ ਯਾਰ ਮੇਰਾ ਸਾਰਾ ਕੱਲੇ ਕੱਲੇ ਪਿਕ ਲਈ ਜਾਂਦੇ ਜੀ ਤੇ ਅੱਜ ਤੂੰ ਡੱਕਿਆ ਬੈਠਾ ਮਾੜਾ ਜਿਹਾ ਮੈਨੂੰ ਲਵਾ ਦੇ ਵੀਰ ਵੜ ਕੇ ਪਏ ਚੁੱਪ ਕਰਕੇ